ਨਾ ਮੈਂ ਤਾਂ ਕਈ ਵਾਰੀ ਇਹਦੇ ਜਾ ਕੇ ਖਾਤੀ ਬਣਵਾ ਕੇ ਬਣਾ ਕਹਿੰਦਾ ਉਹ ਦਾੜੀ ਦੂੜੀ ਤੇਰੀ ਆਉਂਦੀ ਹੈ ਇਹਨੇ ਤਾਂ ਮੇਰੇ ਨਹੀਂ ਆਉਂਦੀ ਦਿਖਾਉਂਦੇ ਲਾਇਕ ਹੈ ਨੀ ਤੁਹਾਡੇ ਜਾਣੇ ਤੁਹਾਨੂੰ ਦੀ ਬਲੌਗ ਤੇ ਲੈ ਕੇ ਆਉਣਾ ਸਵਾਗਤ ਹੈ ਤੁਹਾਡੇ ਆਪਣੇ ਪੰਜਾਬੀ ਚੈਨਲ ਤੇ ਜੈਬੂ ਹੱਸਦੀ ਪਈ ਆ ਕਿਉਂਕਿ ਇਹ ਖਾਧੀ ਪਈ ਆ ਸਵੇਰੇ ਸਵੇਰੇ ਕੀ ਵਾਟਰਮੈਲਨ ਮੂੰਹ ਹਰੇ ਧੋਤਾ ਜੀ ਉਹ ਘਿਸੀਆਂ ਲੱਗੀਆਂ ਮੂੰਹ ਤੇ ਛੱਤੀ ਵਾਟਰਮੈਲਨ ਤਰਬੂਜ ਤਰਬੂਜ ਹਟਵਾਣਾ ਖਾ ਲਓ ਬਾਲ ਬੁਲ ਖੁੱਲੇ ਆ ਸਵੇਰੇ ਲੱਗੀ ਹੋਈ ਆ ਮੈਂ ਹਜੇ ਕੱਟਣ ਲੱਗੀ ਸੀ ਨਾਲ ਇਹਦੀ ਅੱਖ ਖੁੱਲ ਗਈ ਕਿ ਮੰਮਾ ਲੱਗੀ ਹੋਈ ਆ ਕੱਟਣ ਮੈਂ ਵੀ ਉੱਠ ਕੇ ਖਾ ਲਵਾਂ ਤਾਂ ਸੌਂ ਗਈ ਪੀਏ ਨੂੰ ਸੌਣ ਲਈ ਤਾਂ ਸਹੀ ਜਾ ਆਪ ਤਾਂ ਸੌਂ ਗਈ ਪੀਏ ਵਿਚਾਰਾ ਇੱਦਾਂ ਹੀ ਸਹੀ ਰਾਤ ਮੈਨੂੰ ਵਾਈਫਾਈ ਨੇ ਤੰਗ ਕੀਤਾ ਹੋਇਆ ਹੈ ਭਾਈ ਦਾ ਸਵੇਰ ਨੂੰ ਫੋਨ ਆਉਣਾ ਸੀ ਕਿ ਆਪਣਾ ਜਿਹੜੇ ਵਾਈਫਾਈ ਵਾਲਾ ਬੰਦਾ ਸੀ ਨਾ ਮਤਲਬ ਉੱਧਰੋਂ ਜੀਓ ਵਾਲਾ ਅਤੇ 7 ਵਜੇ ਆਉਣਾ ਸੀਗਾ ਉਹਨੇ ਸਵੇਰੇ 5:30 ਵਜੇ ਫੋਨ ਆ ਗਿਆ 6 ਵਜੇ ਉਦੋਂ ਸੁੱਤੀ ਸੀਗੀ ਹਲੇ ਮੈਡਮ ਭਾਈ ਸੋਇਓ ਨਾ ਜੀ ਮੈਂ ਆਉਣਾ ਭਾਈ 7:30 ਵਜੇ ਤੋਂ ਪਹਿਲਾਂ ਚਲੋ ਮੈਂ ਕਿਹਾ ਭਾਈ ਵੇਟ ਕਰ ਲੈਂਦੇ ਹਾਂ ਸੁੱਤਾ ਹੀ ਨਹੀਂ 6 ਵਜੇ ਤੱਕ ਮੈਡਮ ਨੇ ਮੈਨੂੰ ਜਗਾ ਕੇ ਰੱਖਿਆ ਇਹਨੇ ਰਜੀਵ ਸੋਨਾ ਤਾਂ ਸੌ ਗਈ ਸੀਗੀ ਅਤੇ ਮੁੜ ਕੇ 8 ਵਜੇ ਆਏ ਅਤੇ 7:30 ਆਏ 8 ਵਜੇ ਤਾਂ ਕੰਮ ਨਿਬੜਿਆ ਸਾਰਾ ਅਤੇ ਮੁੜ ਕੇ ਉੱਠ ਕੇ ਭੁੱਖ ਭੁੱਖ ਲੱਗ ਗਈ ਮੈਨੂੰ 9 ਵਜੇ ਤਾਂ ਖਾਧਾ ਪੀਤਾ ਮੈਂ ਅਤੇ ਫਿਰ ਮੈਂ ਮਾਰਕੀਟ ਨੂੰ ਚੱਲਿਆ ਗਿਆ ਮਾਰਕੀਟ ਤੋਂ ਵਾਪਸ ਆਉਣ ਲੱਗਾ ਤਾਂ ਮੇਰੇ 'ਚ ਉਹ ਆਪਣੇ ਕੀ ਕਹਿੰਦੇ ਹੁੰਦੇ ਆ ਐਕਸੀਡੈਂਟ ਜਿਹਾ ਹੋ ਗਿਆ ਮੇਰਾ ਛੋਟਾ ਜਿਹਾ ਇੱਕ ਮੂਹਰੇ ਸਾਈਕਲ 'ਤੇ ਆ ਰਹੇ ਸੀਗੇ ਉਹ ਸੀਗੇ ਆਪਣੇ ਕੀ ਕਹਿੰਦੇ ਹੁੰਦੇ ਆ ਬਿਹਾਰ ਤੋਂ ਹੁੰਦੇ ਆ ਨਾ ਜਿਹੜੇ ਆਪਣੇ ਅੰਦਰ ਰਹਿੰਦੇ ਇੱਥੇ ਅਤੇ ਉਹ ਵੱਜਾ ਮੇਰੇ 'ਚ ਆ ਕੇ ਅਤੇ ਬਚਾਅ ਹੋ ਗਿਆ ਸੱਟ ਨਹੀਂ ਲੱਗੀ ਮੇਰੇ ਉੱਦਾਂ ਬਚਾ ਉਹਦਾ ਵੀ ਬਚਾਅ ਹੋ ਗਿਆ ਮੇਰਾ ਵੀ ਬਚਾਅ ਹੋ ਗਿਆ ਸਾਰੀ ਰਾਤ ਮੈਨੂੰ ਸੁੱਤਾ ਤੂੰ ਕੱਲ੍ਹ ਤਾਂ ਸੁੱਤਾ ਹੋਇਆ ਸੀਗਾ ਤਾਂ ਕਰਕੇ ਇੱਦਾਂ ਹੁੰਦੀ ਪਈ ਆ ਫਿਰ ਮੈਂ ਆ ਗਿਆ ਘਰ ਫਿਰ ਇੱਧਰ ਕੰਮ ਕੁੰਮ ਹੋਰ ਕੰਮ ਕਰ ਪਿਆ ਕਰਨ ਛੱਤੀ ਕੰਮ ਤੁਹਾਨੂੰ ਪਤਾ ਨਵਾਂ ਨਵਾਂ ਫਲੈਟ ਆ ਹੋਰ ਬਹੁਤ ਛੱਤੀ ਕੰਮ ਕਰਨ ਵਾਲੇ ਪਏ ਹੋਏ ਆ ਮੁੱਕ ਗਿਆ ਹੋਰ ਦਮਾ ਚਲੋ ਕੋਈ ਗੱਲ ਨਹੀਂ ਦੁੱਖ ਭਰੀ ਕਹਾਣੀ ਸਹਿਮਤ ਸੁਣ ਲਈ ਸਾਰਿਆਂ ਨੇ ਦੁੱਖ ਭਰੀ ਕਹਾਣੀ ਇਹਨਾਂ ਨੂੰ ਸਾਰੀ ਦੁੱਖ ਭਰੀ ਇਹਨਾਂ ਦੀ ਮੌਜਾਂ ਆ ਸਾਰੀ ਟੈਨਸ਼ਨ ਤਾਂ ਇਹਨੂੰ ਬਿੰਦ ਪੇ ਨੂੰ ਹੁੰਦੀ ਨਾ ਵੀ ਆਹ ਕਰਾਉਣਾ ਉਹ ਕਰਾਉਣਾ ਠੀਕ ਹੈ ਪਾਪਾ ਹੁੰਦੇ ਇਸ ਕਰਕੇ ਆਪਾਂ ਵਾਟਰਮੈਲਨ ਇੰਜੋਏ ਕਰੀਏ ਤੇ ਜੈਬੂ ਨੇ ਸਵੇਰੇ ਉੱਠਦੇ ਹੀ ਪੀਨਟ ਸਾਰੇ ਖਰਾਬ ਦਿੱਤੇ ਮੂੰਗਫਲੀ ਦੇ ਦਾਣੇ ਬੈੱਡ ਤੇ ਚੱਦਰ ਅੱਗੇ ਨਹੀਂ ਹੈਗੇ ਵਾਈਫਾਈ ਦਾ ਰੀਚਾਰਜ ਨਹੀਂ ਹੁੰਦਾ ਜਿੰਨੇ ਦਾ ਆਪਾਂ ਫੋਨ ਤੇ ਕਰਾ ਲੇ ਰੀਚਾਰਜ ਉਹਨਾਂ ਦੇ ਸਹੀ ਗੱਲ ਆ ਚੱਦਰਾਂ ਲੈ ਕੇ ਆਈਏ ਨਾਲੇ ਅੱਜ ਜਾ ਕੇ ਸਹਿਮ ਆਪਣਾ ਇੰਟਰਨੈਟ ਕੰਜ਼ੰਪਸ਼ਨ ਵੀ ਬਹੁਤ ਜ਼ਿਆਦਾ ਘੱਟੋ ਘੱਟ 10 GB ਤਾਂ ਦਿਹਾੜੀ ਦੀ ਫੂਕ ਦੀਦੀ ਆਪਾਂ ਜਮਾਂ ਜੈਬੂ ਜੈਬੂ ਨੂੰ ਸਵਾਦ ਲੱਗਾ ਸਹਿਮ ਜੈਬੂ ਨੂੰ ਲੱਗਾ ਸਵਾਦ ਜੈਬੂ ਲੈ ਚਲੋ ਵਧੀਆ ਵੀ ਹੁੰਦਾ ਇਹਦਾ ਉਦਾਂ 150 ਰੁਪਏ ਦਾ ਰੀਚਾਰਜ ਹੋਰ ਆਉਣਾ ਪੈਂਦਾ ਫਿਰ ਜਾ ਕੇ ਸਰਦਾ ਨਹੀਂ ਹੋ ਜਾ ਨਾ ਜੇ ਲੱਗ ਗਿਆ ਫਿਰ ਥੋੜ੍ਹੀ ਹੋਣਾ ਇੰਨਾ ਖਰਚਾ ਮੈਂ ਤਾਂ ਆਰਾਮ ਨਾਲ ਸਵੇਰੇ ਨਹਾ ਧੋ ਕੇ ਉੱਠੀ ਆ ਜੇ ਬਿੰਦੀ ਲਾਈ ਆ ਕਰੀਮ ਵਗੈਰਾ ਲਿਪਸਟਿਕ ਵਗੈਰਾ ਲਗਾਵਾਂ ਮੈਂ ਕਿਹਾ ਪਹਿਲਾਂ ਕੁਛ ਖਾ ਲਵਾਂ ਫਿਰ ਆਪਾਂ ਜਾਣਾ ਚੱਦਰਾਂ ਲੈਣ ਤੇ ਦੇਖਦੀ ਹਾਂ ਘਰ ਦਾ ਕੁਛ ਛੋਟਾ ਮੋਟਾ ਸਮਾਨ ਲੈਣ ਪਰਦੇ ਲਿਆਉਣੇ ਪਰਦੇ ਲਿਆਉਣੇ ਆ ਚੱਦਰਾਂ ਲਿਆਉਣੀਆਂ ਚੱਦਰਾਂ ਹੈ ਨਹੀਂ ਤੇ ਪਰਦੇ ਲਿਆਉਣੇ ਦੋ ਚੀਜ਼ਾਂ ਕੋਈ ਨਹੀਂ ਤਾਂ ਲਿਆ ਜੋ ਮਰਜ਼ੀ ਲਿਆਉਣੀ ਸੈਮ ਨੂੰ ਕਹਿੰਦੀ ਸੈਮ ਜੇ 1-2 ਘੰਟਾ ਸੌਣਾ ਤਾਂ ਸੌ ਜਾਓ ਆਪਾਂ ਵਾਟਰ ਮੈਲਨ ਉਹਨਾਂ ਨੇ ਵਾਈਫਾਈ ਘੰਟਾ ਕਿੱਥੇ ਮੈਨੂੰ ਲੱਗਦਾ 20 ਮਿੰਟ ਤੱਕ ਫੋਨ ਆਇਆ ਨਾ ਉਹਨਾਂ ਦੇ ਵਾਈਫਾਈ ਵਾਲਿਆਂ ਦਾ ਜੀ ਆ ਗਏ ਆ ਅਸੀਂ ਚਲੋ ਜੀ ਆਇਓ ਚੜ ਜਾਓ ਕੋਠੇ ਤੇ ਫਿਰ ਜਾ ਕੇ 1-2 ਘੰਟੇ ਉੱਥੇ ਪਤਾ ਕੀ ਗੱਲ ਆ 2-3 ਦਿਨ ਆ ਔਖਾ ਹੋਣਾ ਹੁਣ ਮੇਰੀ ਵੀ ਹਾਲਤ ਦੇਖ ਲਓ ਜਦੋਂ ਮੈਂ 2-3 ਦਿਨ ਸੀ ਪਾਗਲ ਮੈਂ ਕੱਪੜੇ ਕਿੱਦਾਂ ਦੇ ਮਤਲਬ ਕੀ ਹਾਲਤ ਹੋ ਗਈ ਅੱਜ ਮੈਂ ਨਹਾਤੀ ਮੁੱਛਾਂ ਮੇਰੇ ਵਧੀਆ ਬਸ ਇਹ ਗੱਲ ਆਈਬ੍ਰੋ ਮੇਰੀ ਕਰਾਉਣ ਵਾਲੀ ਹੋਈ ਆ ਇੰਨਾ ਬੁਰਾ ਹਾਲ ਹੋਇਆ ਜਿਹੜੇ ਸੀਗੇ ਉਹ ਤੁਹਾਡੇ ਆਹੋ ਆਹੋ ਉਹਨੂੰ ਕਾਲ ਕਰ ਲਓ ਉਹਨੇ ਆ ਜਾਣਾ ਆਹ ਘਰੇ ਸੱਦਦੀਆਂ ਯਾਰ ਬਹੁਤ ਬੁਰਾ ਹਾਲ ਹੋਇਆ ਪਤਾ ਮੈਂ ਵੈਕਸ ਵਗੈਰਾ ਕਰਵਾ ਲਓ ਆਪਣੀ ਆਈਬ੍ਰੋ ਵਗੈਰਾ ਜੋ ਵੀ ਕਰਵਾਉਣਾ ਕਰਵਾ ਲਓ
ਪਰ ਸ਼ਕਲ ਅਜੀਬ ਜਿਹੀ ਲੱਗ ਸ਼ਕਲ ਅਜੀਬ ਜਿਹੀ ਲੱਗਣ ਲੱਗ ਜਾਂਦੀ ਹੈ। ਮੇਰੇ ਬਾਲ ਵੀ ਕੁਛ ਮਤਲਬ ਗਰੋਥ ਬਹੁਤ ਆਉਂਦੀ ਹੈ ਜਿੱਦਾਂ ਫੋਰਹੈਡ ਤੇ ਆਈਬ੍ਰੋ ਅਪ ਲਿਪਸ ਤੇ ਤਾਂ ਕਰਕੇ। ਨਾ ਮੈਂ ਤਾਂ ਕਈ ਵਾਰੀ ਇਹਦੇ ਜਾ ਕੇ ਖਾਤੀ ਬਣਵਾ ਕੇ ਲੱਗ ਜਾਂਦਾ ਉਹ ਦਾੜੀ ਦੂੜੀ ਤੇਰੀ ਆਉਂਦੀ ਹੈ ਇਹਨੇ ਤਾਂ ਮੇਰੇ ਨਹੀਂ ਆਉਂਦੀ। ਸ਼ਾਲਾ ਹੋਰ ਸੁੱਤਾ ਸੋ ਜਾ। ਚਲ ਠੀਕ ਹੈ ਟਾਟਾ ਬਾਏ ਬਾਏ ਫਿਰ ਮਿਲਦੇ ਫਿਰ ਵੀ ਮਿਲਦੇ ਸੋ ਜਾ ਮਿਲਗਾ ਆ ਗਏ ਨਾ ਕਹਿ ਤਾ ਆ ਲਓ ਤੇ ਬੋਲੋ ਚਲੋ ਆਪਾਂ ਕਰੀਏ ਇੰਜੋਏ ਆਪਣਾ ਹਦਵਾਣਾ ਹਦਵਾਣਾ ਲਾ ਕੇ ਫਿਰ ਦੇਖਦੇ ਹਾਂ ਅੱਗੇ ਕੀ ਕਰੀਏ। ਧੁੱਪੇ ਬੈਠਣ ਨੂੰ ਬਹੁਤ ਜ਼ਿਆਦਾ ਦਿਲ ਕਰਦਾ ਪਿਆ ਕਿਉਂਕਿ ਮੈਂ ਨਹਾਈ ਨਹੀਂ ਕਰਕੇ ਹਟੀ ਹਾਂ। ਜੈਵੂ ਦੀ ਨਹਾਈ ਨਹੀਂ ਵੀ ਕਰਾਉਣੀ ਆ ਅੱਜ ਤਾਂ ਮੇਰੀ ਹਿੰਮਤ ਹੈ ਨਹੀਂ ਉਹ ਕੱਲ੍ਹ ਦੇਖੂੰਗੇ। ਵੈਸੇ ਉੱਦਾਂ ਬੇਚਾਰੀ ਦੀ ਹਾਲਤ ਗੰਦੀ ਬਣੀ ਹੋਈ ਆ ਜੇ ਦਿਲ ਕੀਤਾ ਫਿਰ ਵੀ ਨਹਾਈ ਨਹੀਂ ਕਰਾ ਦੇਣੀ। ਰਾਤ ਨੂੰ ਕਰਾ ਕੇ ਰਾਤ ਨੂੰ ਸਲਾਹ ਦੂੰਗੀ ਆਰਾਮ ਨਾਲ ਸਿਮੂ ਹੈ ਨਾ ਟਾਈਮ ਸਿਰ ਸੋ ਜੂਗੀ। ਮੈਂ ਲਗਾਉਣ ਲੱਗੀ ਲਿਪਸਟਿਕ ਅਤੇ ਮੈਨੂੰ ਇੱਕ ਵੀ ਲਿਪਸਟਿਕ ਨਹੀਂ ਮਿਲੀ ਇੱਕ ਵੀ ਲਿਪਸਟਿਕ। ਮੇਰੇ ਤੋਂ ਕਿੰਨੀਆਂ ਸਾਰੀਆਂ ਲਿਪਸਟਿਕ ਸੀ ਇੱਕ ਵੀ ਲਿਪਸਟਿਕ ਨਹੀਂ ਮਿਲੀ। ਇਹ ਮੇਰੀ ਮਹਾਰਾਣੀ ਨੇ ਸਾਰੀਆਂ ਲਿਪਸਟਿਕ ਖਰਾਬ ਕਰ ਦਿੱਤੀਆਂ। ਮੈਂ ਕਿਹਾ ਚਲੋ ਨੇਲ ਪੈਂਟ ਲਾਉਂਦੀ ਹਾਂ ਨੇਲ ਰਿਮੂਵਰ ਉਹ ਵੀ ਨਹੀਂ ਹੈਗਾ। ਕੰਗਣ ਮਸੀਂ ਦੋ ਲੱਭੇ ਆ ਬਹੁਤ ਸਮਾਨ ਇਹਨੇ ਸੱਚੀ ਮੇਰਾ ਖਰਾਬ ਕੀਤਾ ਜਦੋਂ ਦੀ ਹੋਈ ਆ ਬਹੁਤ ਜ਼ਿਆਦਾ। ਉਹ ਨਵਾਂ ਲੈ ਕੇ ਆਊਂਗੀ ਲਿਪਸਟਿਕ ਲਾਉਣ ਨੂੰ ਲਿਪਸਟਿਕ ਹੀ ਨਹੀਂ ਹੈਗੀ। ਮੈਂ ਸੈਮ ਨਾਲ ਜਾਊਂਗੀ ਜੋ ਚਦਰਾ ਲੈਣ ਉਦੋਂ ਲਿਪਸਟਿਕ ਲੈ ਕੇ ਆਊਂਗੀ ਇੱਕ ਦੋ ਲਿਪਸਟਿਕਾਂ ਬਹੁਤ ਖਰਾਬ ਕਰਦੀ ਹੈ। ਧੁੱਪੇ ਬੈਠੇ ਹੋਏ ਹਾਂ ਬਾਹਰ ਆ ਕੇ ਕਿਉਂਕਿ ਮਨ ਕਰਦਾ ਪਿਆ ਸੀ ਬਹੁਤ ਜ਼ਿਆਦਾ। ਗੋਦੀ 'ਚ ਬੈਠੀ ਰਹਿੰਦੀ ਘੁੰਮਦੀ ਨਹੀਂ ਹੈਗੀ ਪਤਾ ਨਹੀਂ ਕਾਹਤੇ। ਫਾਈਨਲੀ ਸੈਮ ਮੈਨੂੰ ਰਾਤ ਦੇ 9 ਵਜੇ ਲੈ ਆਏ ਆ ਵਿਸ਼ਾਲ ਮੈਗਾਵਾਟ ਪੂਰਾ ਦਿਨ ਲੰਘਾ ਕੇ। ਹਾਂਜੀ ਕਿਉਂਕਿ ਜਿੰਨੇ ਥੋੜ੍ਹਾ ਟਾਈਮ ਸੌਂ ਗਿਆ ਸੀਗਾ ਕਿਉਂਕਿ ਥੋੜ੍ਹਾ ਟਾਈਮ ਨਹੀਂ 6 ਘੰਟੇ 4 ਘੰਟੇ ਸਾਰਾ 1 ਵਜੇ ਸੁੱਤੇ ਸ਼ਾਮ ਨੂੰ ਉੱਠੇ 6 ਵਜੇ 2 ਘੰਟੇ ਤੁਹਾਨੂੰ ਉੱਦਾਂ ਟਾਈਮ ਲੱਗ ਜਾਂਦਾ। 8 ਵਜੇ ਫਰੀ ਹੋਏ ਤੁਸੀਂ ਜਾ ਕੇ ਹਾਲਤ ਉਹਨਾਂ ਦੀ ਗੰਦੀ ਜਿਹੀ ਹੋ ਰੱਖੀ ਆ ਦਿਖਾਉਣ ਦੇ ਲਾਇਕ ਹੈ ਨਹੀਂ ਤੁਹਾਡੇ ਜਾਣੇ ਤੁਹਾਨੂੰ ਦੀ ਬਲੌਗ 'ਚ ਲੈ ਕੇ ਆਉਣਾ। ਚਲੋ ਸਿਲੈਕਟ ਕਰੋ ਹਾਲਤ ਦਿਖਾਵਾਂ ਦੋਵਾਂ ਦੀ ਕਿਉਂਕਿ 2 ਮਿੰਟ ਦੇ ਵਿਸ਼ਾਲ ਮੇਗਾ ਵਾਟ ਆ ਇੱਧਰ ਦਵਾਂ ਦਾ ਜੈਕਟ ਪਾਈ ਤਾਂ ਦੋਨੇ ਜਾਣੇ ਆ ਗਏ ਆ ਸੁੱਤੀ ਪਈ ਸੀ। ਹੁਣ ਕਦੇ ਮੂੰਹ 'ਚ ਪਾਉਂਦੇ ਪਏ ਉਹਦੀ ਵੀ ਇੱਦਾਂ ਦੀ ਹਾਲਤ ਉਹਦੀ ਵੀ ਇੱਦਾਂ ਦੀ ਹਾਲਤ ਹੁੰਦੇ ਪਿਓ ਤੇ ਇੱਕੋ ਜਿਹੇ ਆ ਖੰਦੇ ਮਿੰਦੇ ਜਿਹੇ। ਮੈਂ ਤਾਂ ਲਿਪਸਟਿਕ ਨਹੀਂ ਮਿਲੀ ਹੈਗੀ ਇੱਕ ਲਿਪਸਟਿਕ ਵੀ ਨਹੀਂ ਕੋਲ ਹੈਗੀ ਕੋਈ ਵੀ। ਸਿਲੈਕਟ ਕਰੋ ਹੁਣ ਦੇਖੋ ਕੀ ਲੈਣਾ ਆ ਕਿੰਨਾ ਕੁਛ ਹੀ ਆ ਉਹੀ ਲਿਓ ਪਹਿਲਾਂ ਚਦਰਾਂ ਲੈਣੀਆਂ ਮੈਟਸ ਵਗੈਰਾ ਵੀ ਦੇਖ ਲੈਂਦੇ ਆ ਅਤੇ ਉਹ ਦੇਖੋ ਜੋ ਮਰਜ਼ੀ ਦੇਖੋ ਫਰੀ ਦੀ ਮਾਲ ਪਕਵਾ ਚਾਹੁੰਦੇ ਪਹਿਲਾਂ ਪਾਉਂਦੇ ਦੇਖੋ ਯਾਰ ਸੋਹਣੇ ਲਗਾਇਓ ਸੋਹਣਾ ਆ ਸੁੱਤੀ ਉੱਠੀ ਸੀ ਤਾਂ ਵੀ ਸੋਹਣੀ ਲੱਗਦੀ ਆ ਕੱਪੜੇ ਵੀ ਚੱਲਦੇ ਘਰ ਦੇ ਚੱਕਰ 'ਚ ਮੈਂ ਇਕੱਲੀ ਨਹੀਂ ਹੈਗੀ। ਜੈਵਿਕਾ ਸਹਿਮ ਸਾਰਿਆਂ ਦੀ ਹਾਲਤ ਗੰਦੀ ਹੋ ਰੱਖੀ ਆ ਜਦੋਂ ਤੱਕ ਘਰ ਰਹਿਣ ਚੱਜ ਨਾ ਸਾਫ਼ ਸੁਥਰਾ ਨਹੀਂ ਹੋ ਜਾਂਦਾ ਨਾ ਮੈਂ ਟਿੱਕ ਨਹੀਂ ਜਾਂਦਾ ਹਰ ਇੱਕ ਚੀਜ਼ ਉਸ ਜਗ੍ਹਾ 'ਤੇ ਨਹੀਂ ਹੋ ਜਾਂਦੀ ਉਦੋਂ ਤੱਕ ਸਾਡੀ ਹਾਲਤ ਇੱਦਾਂ ਦੀ ਰਹਿਣੀ ਆ ਹੈ ਸਹਿਮ ਕੀ ਕਾਰਪੈਟ ਆਹ ਮਹਿੰਗੇ ਯਾਰ ਹਜ਼ਾਰ ਦੇ ਬਹੁਤ ਸਸਤੇ ਮਿਲਦੇ ਪਏ ਆ 19 ਰੁਪਏ ਦਾ ਲੈ ਬਸ 19 ਰੁਪਏ ਦਾ ਫਿਰ ਤਾਂ ਬਹੁਤ ਸਸਤੇ ਉਹ ਆ ਥੱਲੇ 19 ਰੁਪਏ ਦਾ ਤਾਂ ਬਹੁਤ ਸਸਤਾ ਹੈ ਨਾ ਦੇਖਦੇ ਪਹਿਲਾਂ ਪਰਦੇ ਲਵੋ ਉਹਦੇ ਨਾਲ ਦਾ ਮੈਚ ਕਰਦੇ ਲੈਣੇ ਆ
ਪੜਦੇ ਇੱਥੋਂ ਨਾ ਫਿਰ ਪੜਦੇ ਅਜੇ ਪੜਦੇ ਲਈ ਕਿੱਥੇ ਲੱਗੇ ਹੋਏ ਆਹ ਆ ਦੇਖੋ ਵਾਈਟ ਆ ਆਹ ਆ ਸਰ ਮਹਿੰਗੇ ਆ 800 ਦਾ ਇੱਕ ਦੇਖ ਕੇ ਲੈਣੇ ਪੈਣੇ ਆ ਜੇ ਠੀਕ ਰੇਟ 'ਤੇ ਮਿਲ ਗਏ ਠੀਕ ਆ ਨਹੀਂ ਤਾਂ 22 ਦੀ ਮਾਰਕੀਟ ਚੱਲਾਂਗੇ ਦੇਖੋ ਕਿੱਦਾਂ ਦੇ ਲੋੜੀ ਇਹ ਪਤਾ ਤੂੰ ਕਿੰਨੇ ਫੁੱਟ ਦਾ ਹੈਗਾ ਆਪਣਾ ਕਿੰਨਾ ਨਹੀਂ ਨਹੀਂ ਕਟਵਾ ਕੇ ਲੋੜੇ ਪੈਣੇ ਫਿਰ ਕਹਿੰਦੇ 22 ਦੀ ਮਾਰਕੀਟ ਜਦੋਂ ਆਪਾਂ ਜਾਈਦਾ ਨਾ ਜਦੋਂ ਆਪਾਂ ਲੈਣ ਗਏ ਸੀ ਨੇਬਰਸ 'ਤੇ ਆਪਣੇ ਮੈਂ ਗਈ ਸੀ ਨਾ ਉਹਨਾਂ ਨੇ ਪਤਾ ਕੀ ਕੀਤਾ ਸੀ ਸਾਰੇ ਹਨਾ ਜਿੱਦਾਂ ਆਪਣੇ ਘਰ ਤੇ ਫੁੱਟ ਨਾਪ ਲਏ ਸੀ ਕਿੱਥੇ ਕਿਚਨ ਨੂੰ ਕਿਉਂਕਿ ਸਾਡੇ ਹਾਫ ਲੱਗਣਾ ਆ ਉਹਨਾਂ ਨੇ ਹਨਾ ਸਪੈਸ਼ਲ ਕਟਵਾ ਕੇ ਫਿਰ ਉਹਨਾਂ ਨੂੰ ਦਿੱਤੇ ਸੀ ਮਤਲਬ ਕੱਟ ਕਰਕੇ ਸੀਨਾ ਵਗੈਰਾ ਲਾ ਕੇ ਫੇਰ ਦਿੱਤੇ ਸੀ ਦੇਖ ਲਓ ਉੱਥੇ ਪਰ ਉਹਦੇ ਪੂਰੇ ਪਏ ਸੀ ਮੈਂ ਵੀ 7 ਪੜਦੇ ਸੀ ਤਾਂ 4000 ਸਾਢੇ 4000 ਦੇ ਪਏ ਸੀ ਉਹਦੇ ਪਰ ਦੇਖਣਾ ਪੈਣਾ ਕਿ ਕਿੱਦਾਂ ਕਰਨੀ ਪੈਣੀ ਚਲੋ ਆਪਾਂ ਸਿਲੈਕਟ ਕਰ ਲਈਏ ਤੁਹਾਨੂੰ ਫਿਰ ਬਾਅਦ ਚੋਂ ਪਹਿਲਾਂ ਆਪਾਂ ਸਿਲੈਕਟ ਕਰ ਲਈਏ ਫਿਰ ਤੁਹਾਨੂੰ ਦਿਖਾਉਂਦੇ ਕਿਉਂਕਿ ਸਿਲੈਕਟ ਕਰਨ ਨੂੰ ਮੈਨੂੰ ਫੋਨ ਰੱਖਣਾ ਪੈਣਾ ਹੈ ਨਾ ਥੱਲੇ ਕਟਨਸ ਤਾਂ ਆਪਾਂ ਲਏ ਨਹੀਂ ਲੇਕਿਨ ਇੱਕ ਬੈਡਸ਼ੀਟ ਲੈ ਲਈ ਆ ਸਿਰਫ ਇੱਕ ਹੁਣ ਆਪਾਂ ਚੱਲੇ ਹਾਂ ਘਰ ਨੂੰ ਬਾਕੀ ਆਪਾਂ ਬਾਅਦ 'ਚੋਂ ਦੇਖਾਂਗੇ ਵੈਸੇ ਤਾਂ ਇਹ ਵੀ ਲੈਣੀ ਸੀ ਆਪਾਂ ਲੇਕਿਨ ਇਹ ਬਾਅਦ 'ਚੋਂ ਸਿਲੈਕਟ ਕਰਾਂਗੇ ਜਦੋਂ ਕਟਨਸ ਵਗੈਰਾ ਜਦੋਂ ਕਟਨ ਵਗੈਰਾ ਲੱਗ ਗਏ ਨਾ ਉਦੋਂ ਲੈ ਕੇ ਜਾਵਾਂਗੇ ਮੈਟਸ ਵਗੈਰਾ ਸਾਰਾ ਕੁਛ ਜਿਹੜਾ ਮੈਚ ਹੋਊਗਾ ਉਹੀ ਲੈ ਕੇ ਜਾਵਾਂਗੇ ਇੱਦਾਂ ਪਹਿਲਾਂ ਲੈ ਗਏ ਫਿਰ ਮੈਚਿੰਗ ਕੁਛ ਬਣਨੀ ਨਹੀਂ ਹੈਗੀ ਇਸ ਕਰਕੇ ਫਸਾਉਣਾ ਨਹੀਂ ਲੱਗਣਾ ਹਟਣਾ ਨਹੀਂ ਨਾ ਫਿਰ ਹਟਣਾ ਨਹੀਂ ਆ ਕੇ ਚੱਕ ਲਿਆਂਦਾ ਕਿਉਂ ਕਿੰਨੇ ਖਿਲਾਉਣੇ ਆ ਇਹ ਪਾਪਾ ਨੇ ਲੈ ਕੇ ਦਿੱਤਾ ਕਿ ਆਪ ਚੱਕੇ ਆ ਪਾਪਾ ਨੇ ਲੈ ਕੇ ਦਿੱਤਾ ਓਏ ਹਟਣਾ ਨਹੀਂ ਸਾ ਮੈਂ ਤਾਂ ਬਹੁਤ ਖਿਲਾਉਣੇ ਆ ਕੋਈ ਨਹੀਂ ਬੁਝਾ ਕੁਛ ਥੋਈ ਆ ਚਲੋ ਫੇ ਚਲੋ ਜੀ ਆ ਕੇ ਚਾਦਰ ਵਿਛਾਤੀ ਆਪਾਂ ਦੇਖੋ ਕਿੰਨੀ ਸੋਹਣੀ ਲੱਗਦੀ ਕਹਿ ਸਕਦਾ ਕੋਈ ਬੈਡ ਨਾਲ ਮੈਚ ਵੀ ਕਰ ਗਈ ਕਹਿ ਸਕਦਾ ਕੋਈ ਕਿੰਨੇ ਦੀ ਚਾਦਰ ਵੀ ਕਈ ਵਾਰ ਛੋਟੀ ਹੋ ਜਾਂਦੀ ਜਦੋਂ ਆਪਾਂ ਮੋਲ ਵਿੱਚ ਲੈਂਦੇ ਆ ਫਿਰ ਜੇ ਆਪਾਂ ਖੋਲ ਦਿੰਦੇ ਦੋ ਤਿੰਨ ਚਾਦਰਾਂ ਲੈ ਆਉਂਦੇ ਫਿਰ ਔਖਾ ਹੋ ਜਾਣਾ ਸੀ ਸਾਨੂੰ ਬਹੁਤ ਸੋਹਣੀ ਲੱਗੀ ਚਾਦਰ ਹੈ ਨਾ ਸਿਮੋ ਇੱਕ ਲਿਆਂਦੀ ਆਪਾਂ ਕੱਲ ਜਾ ਕੇ ਦੋ ਤਿੰਨ ਹੋਰ ਲੈ ਗਈਆਂ ਚਾਦਰਾਂ ਤਿੰਨ ਚਾਰ ਲੈ ਆਉਣਾ ਉੱਥੋਂ ਲੈ ਕੇ ਆਉਂਗੇ ਨਾਲੇ 1000 ਦੇ ਵਿੱਚ ਤਿੰਨ ਚਾਦਰਾਂ ਇੰਨੀ ਸਾਡੀ ਚਾਦਰ ਨੀ ਮਹਿੰਗੀ ਆਈ ਆਹ ਮਹਿੰਗਾ ਹੋ ਗਿਆ ਅਕਟੂਬਰ ਅਕਟੂਬਰ ਸੀ 400 ਦਾ ਆ ਗਿਆ ਫੜ ਗਏ ਸੀ ਚਾਦਰ ਹੈ ਨਾ ਆਹ ਚੁੱਕ ਲੈ ਆਈ ਆ ਦੇ ਲੈ ਫੜ ਸਹਿ ਪਿੱਲੋ ਵਗੈਰਾ ਵੀ ਲੈ ਕੇ ਆਉਣੇ ਆ ਜ਼ਰੂਰ ਜੀ ਹੌਲੀ ਹੌਲੀ ਸਮਾਨ ਤੁਹਾਨੂੰ ਉਹ ਸੋਹਣੇ ਲੱਗੇ ਸੀ ਕਟਨ ਜਿਹਦੇ ਆਪਾਂ ਦੇਖੇ ਸੀ ਹਾਂ ਕਟਨ ਉਹ ਸੋਹਣੇ ਜੀ ਬਾਕੀ ਕੋਈ ਨਹੀਂ ਮੈਨੂੰ ਦੱਸੋਗਾ ਤੈਨੂੰ ਕਿਹੜੇ ਕਲਰ ਦੇ ਸੋਹਣੇ ਲੱਗਣੇ ਹਨਾ ਚਾਦਰ ਬਹੁਤ ਸੋਹਣੀ ਲੱਗੀ ਚਾਦਰ ਆ ਹੋਰ ਇਹਦੇ ਵਿੱਚ ਸੀ ਨੂੰ ਵਾਈਟ ਕਰੀਮ ਲਾਈਟ ਕਰੀਮ ਕਲਰ ਤੇ ਵੀ ਚਾਦਰ ਹੈਗੀ ਸੀ ਉਹ ਵੀ ਕਿਤੇ ਬੰਦਾ ਕੁਝ ਗੈਸਟ ਵਗੈਰਾ ਆਇਆ ਹੁੰਦਾ ਉਹ ਬੰਦਾ ਪਛਾਣ ਲੈਂਦਾ ਨਿਆਣੇ ਨਾਲ ਤਾਂ ਔਖਾ ਹੋ ਜਾਂਦਾ ਹੁੰਦਾ ਸੋਹਣੀ ਹੈ ਤੱਕ